काफी सारे कमेंट आए क्योंकि मैं सारे पूछा भी सीगा कि तुसी देखना चाहोगे कि मेरे बैग च की समान हुंदा है, कि इंपोर्टेंट चीजा मैं हमेशा अपने बैग च रख दी हां। सो अज मैं सारे शेयर करूंगी कि व्हाट्स इन माई बैग। सो ਤੁਹਾਨੂੰ ਦੱਸਿਆ ਹੀ ਸੀਗਾ ਮੈਂ ਜਿਵੇਂ ਕਿ ਮੇਰਾ ਫੇਵਰੇਟ ਬੈਗ ਆ, ਮਤਲਬ ਹੁਣ ਤੱਕ ਦਾ ਇਹ ਮੈਨੂੰ ਬਹੁਤ ਹੀ ਜ਼ਿਆਦਾ ਕਿਊਟ ਬੈਗ ਲੱਗਦਾ ਹੈ ਅਤੇ ਇਹਦੇ ਵਿੱਚ ਕੀ ਹੈਗਾ ਆ ਅੱਜ ਮੈਂ ਤੁਹਾਨੂੰ ਦਿਖਾਉਣੀ ਆ। ਸੋ ਵਿਦਆਊਟ ਐਨੀ ਫਰਦਰ ਡੂ ਲੈਟਸ ਗੈਟ ਸਟਾਰਟਡ ਵਿਦ ਦ ਟੂਡੇਜ਼ ਵੀਡੀਓ। ਸੋ ਇਹਨੂੰ ਆਪਾਂ ਓਪਨ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਮੇਰੀ ਸਭ ਤੋਂ ਫੇਵਰੇਟ ਚੀਜ਼ ਹੋਣੀ ਆ ਮੈਂ ਤੁਹਾਨੂੰ ਦਿਖਾਉਣੀ ਆ। ਸੋ ਮੇਰੇ ਬੈਗ 'ਚ ਮੇਰੀ ਫੇਵਰੇਟ ਚੀਜ਼ ਇਹ ਆ, ਇਟਸ ਪਰਫਿਊਮ। ਇਹ ਜ਼ਾਰਾ ਦਾ ਪਰਫਿਊਮ ਆ ਬਟ ਇਹ ਆਲਮੋਸਟ ਖਤਮ ਹੋ ਗਿਆ ਆ ਤਾਂ ਇਹਦੇ ਬਦਲੇ ਇੱਕ ਹੋਰ ਆਪਸ਼ਨ ਮੈਂ ਆਪਣੇ ਪਰਸ 'ਚ ਆਲਰੇਡੀ ਹੀ ਰੱਖ ਲਿਆ ਆ ਪਹਿਲਾਂ ਹੀ ਲਿਆ ਕੇ, ਉਹ ਆ ਇਹ ਇਟਸ ਊਦ। ਐਂਡ ਇਹਦਾ ਇਹ ਇਤਰ ਇੰਨਾ ਕੁ ਜ਼ਿਆਦਾ ਵਧੀਆ ਲੱਗਾ ਸੀ ਮੈਨੂੰ। ਸੋ ਮੈਂ ਇਹਦਾ ਇੱਕ ਛੋਟਾ ਜਿਹਾ ਰੱਖਿਆ ਆ ਆਪਣੇ ਕੋਲ ਕਿ ਤਾਂ ਕਿ ਮੈਂ ਆਪਣੇ ਪਰਸ 'ਚ ਕੈਰੀ ਕਰ ਸਕਾਂ। ਮਤਲਬ ਇਹ ਮੈਨੂੰ ਇੰਨਾ ਕੁ ਜ਼ਿਆਦਾ ਪਸੰਦ ਹੈ, ਇੰਨਾ ਕੁ ਜ਼ਿਆਦਾ ਪਸੰਦ ਹੈ ਨਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਮੈਂ ਇਹਦਾ ਨੇਮ ਡਿਸਕ੍ਰਿਪਸ਼ਨ 'ਚ ਮੈਂਸ਼ਨ ਕਰ ਦੂੰਗੀ ਜਾਂ ਫਿਰ ਸਕਰੀਨ 'ਤੇ ਮੈਂਸ਼ਨ ਕਰ ਦੂੰਗੀ, ਤੁਸੀਂ ਵੀ ਜ਼ਰੂਰ ਚੈੱਕ ਕਰ ਸਕਦੇ ਹੋ। ਐਂਡ ਅਗਰ ਤੁਸੀਂ ਲਓਗੇ ਤਾਂ ਮੈਨੂੰ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ। ਮਤਲਬ ਮੈਨੂੰ ਤਾਂ ਬਹੁਤ ਪਸੰਦ ਹੈ ਇਹ, ਇੱਕ ਆਹ ਆਪਸ਼ਨ ਮੈਂ ਪਹਿਲਾਂ ਹੀ ਆਪਣੇ ਕੋਲ ਰੱਖ ਲਿਆ, ਇਹ ਮੇਰਾ ਹੁਣ ਤੱਕ ਦਾ ਫੇਵਰੇਟ ਆ। ਐਂਡ ਇਹ ਜ਼ਾਰਾ ਦਾ ਪਰਫਿਊਮ ਜਦੋਂ ਇਹ ਖਤਮ ਹੋ ਜੂਗਾ ਫਿਰ ਇਹਨੂੰ ਮੈਂ ਕੱਢ ਦੂੰਗੀ, ਨਵਾਂ ਇੱਕ ਹੋਰ ਲਿਆਉਂਗੀ ਕਿਉਂਕਿ ਜ਼ਾਰਾ ਦੇ ਪਰਫਿਊਮ ਮੈਨੂੰ ਕਾਫੀ ਜ਼ਿਆਦਾ ਵਧੀਆ ਲੱਗਦੇ ਆ। ਓਕੇ, ਸੋ ਹੁਣ ਮੈਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਦਿਖਾਉਂਗੀ ਜੋ ਮੇਰੇ ਬੈਗ 'ਚ ਆ, ਉਹ ਹੈ ਇਹ ਪਰਸ। ਸੋ ਇਹ ਵੀ ਜ਼ਾਰਾ ਤੋਂ ਲਿਆ ਸੀ ਮੈਂ, ਇਹਦੇ ਵਿੱਚ ਮੇਰੇ ਕਾਰਡਸ ਐਂਡ ਥੋੜ੍ਹਾ ਜਿਹਾ ਕੈਸ਼ ਔਰ ਥੋੜ੍ਹੇ ਜਿਹੇ ਸਿੱਕੇ ਸੁੱਕੇ, ਬਸ ਇਸ ਤੋਂ ਇਲਾਵਾ ਇਹਦੇ ਵਿੱਚ ਕੁਛ ਨਹੀਂ ਹੈਗਾ। ਐਂਡ ਮੇਰੇ ਆਈਡੀ ਪਰੂਫ ਵਗੈਰਾ ਨੇ, ਅਤੇ ਪਹਿਲਾਂ ਮੈਂ ਆਪਣੇ ਕੋਲ ਕੈਸ਼ ਨਹੀਂ ਰੱਖਦੀ ਹੁੰਦੀ ਸੀਗੀ ਬਟ ਹੁਣ ਮੇਰੇ ਕੋਲ ਕੈਸ਼ ਹੈਗਾ ਆ ਅਤੇ ਹੁਣ ਮੈਂ ਕੈਸ਼ ਰੱਖਣਾ ਵੀ ਸਟਾਰਟ ਕਰਤਾ ਆਪਣੇ ਕੋਲ, ਬਿਕੋਜ਼ ਕਾਫੀ ਸਾਰੀ ਇੱਦਾਂ ਦੀ ਸਿਚੁਏਸ਼ਨਸ ਆਈਆਂ ਜਿੱਥੇ ਕਿ ਬੰਦਾ ਨਾ ਕਾਰਡ ਪੇ ਕਰ ਸਕਦਾ ਆ, ਨਾ ਫੋਨਪੇ, ਗੂਗਲ ਪੇ, ਪੇਟੀਐਮ ਕੁਛ ਵੀ ਨਹੀਂ ਹੋ ਪਾਉਂਦਾ ਆ, ਤੁਹਾਨੂੰ ਕਦੀ ਨਾ ਕਦੀ ਤਾਂ ਕੈਸ਼ ਦੀ ਲੋੜ ਪੈਂਦੀ ਆ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਇਹੀ ਐਡਵਾਈਸ ਕਰੂੰਗੀ ਕਿ ਆਈ ਨੋ ਅੱਜ ਕੱਲ੍ਹ ਸਭ ਕੁਛ ਫੋਨ ਤੋਂ ਹੋ ਜਾਂਦਾ ਆ, ਕਾਰਡਸ ਤੋਂ ਹੋ ਜਾਂਦਾ ਆ, ਲੇਕਿਨ ਫਿਰ ਵੀ ਤੁਸੀਂ ਆਪਣੇ ਕੋਲ ਕੈਸ਼ ਕੁਛ ਅਮਾਊਂਟ ਰੱਖਿਆ ਕਰੋ ਬਿਕੋਜ਼ ਕਦੀ ਲੋੜ ਪੈ ਜਾਂਦੀ ਆ ਬੰਦੇ ਨੂੰ। ਸੋ ਪਹਿਲਾਂ ਮੈਂ ਬਿਲਕੁਲ ਨਹੀਂ ਰੱਖਦੀ ਹੁੰਦੀ ਸੀਗੀ, ਸੋ ਮੈਨੂੰ ਕਾਫੀ ਪਰੇਸ਼ਾਨੀਆਂ ਆਉਂਦੀ ਸੀ ਕਿਸੇ ਕਿਸੇ ਜਗ੍ਹਾ 'ਤੇ, ਬਟ ਹੁਣ ਮੈਂ ਆਪਣੇ ਕੋਲ ਥੋੜ੍ਹਾ ਬਹੁਤ ਕੈਸ਼ ਰੱਖਣਾ ਸਟਾਰਟ ਕਰਤਾ ਆ ਅਤੇ ਹੌਲੀ ਹੌਲੀ ਕਰਕੇ ਇਹ ਹੈਬਿਟ ਪੈ ਜੂਗੀ ਮੈਨੂੰ। ਹਾਲੇ ਵੀ ਕਈ ਵਾਰੀ ਇੱਦਾਂ ਹੁੰਦਾ ਜਦੋਂ ਮੇਰਾ ਕੈਸ਼ ਖਤਮ ਹੋ ਜਾਵੇ ਤਾਂ ਮੇਰੇ ਕੋਲ ਕਾਫੀ ਦਿਨ ਨਹੀਂ ਮੈਂ ਰੱਖਦੀ, ਫਿਰ ਮੈਨੂੰ ਯਾਦ ਆਉਂਦਾ ਕਿ ਨਹੀਂ ਰੱਖ ਲੈਣਾ ਚਾਹੀਦਾ, ਫਿਰ ਮੈਂ ਦੁਬਾਰਾ ਆਪਣੇ ਕੋਲ ਕਢਾ ਕੇ ਕੈਸ਼ ਰੱਖਦੀ ਹਾਂ। ਸੋ ਕੈਸ਼ ਇਜ਼ ਇੰਪੋਰਟੈਂਟ। ਹੁਣ ਆਪਾਂ ਆਉਂਦੇ ਹਾਂ ਨੈਕਸਟ, ਮੇਰੇ ਪਰਸ 'ਚ ਕੀ ਆ? ਨੈਕਸਟ ਮੇਰੇ ਪਰਸ 'ਚ ਆ ਚਾਰਜਰ। ਚਾਰਜਰ ਵੀ ਮੈਂ ਪਹਿਲਾਂ ਆਪਣੇ ਬੈਗ 'ਚ ਨਹੀਂ ਰੱਖਦੀ ਹੁੰਦੀ ਸੀ ਬਿਕੋਜ਼ ਮਤਲਬ ਇੱਦਾਂ ਹੁੰਦਾ ਸੀਗਾ ਕਿਤੇ ਜਾਣਾ ਆਉਣਾ, ਘਰੇ ਆ ਕੇ ਫੋਨ ਚਾਰਜ ਕਰੀਦਾ ਹੈ, ਆਪਾਂ ਚਾਰਜ ਕਰਕੇ ਜਾਂਦੇ ਹਾਂ, ਲੇਕਿਨ ਮੈਨੂੰ ਲੱਗਦਾ ਕਿ ਸਾਨੂੰ ਹਮੇਸ਼ਾ ਆਪਣੇ ਕੋਲ ਆਪਣਾ ਚਾਰਜਰ ਰੱਖਣਾ ਚਾਹੀਦਾ ਆ। ਪਹਿਲਾਂ ਮੈਂ ਨਹੀਂ ਰੱਖਦੀ ਸੀਗੀ ਬਟ ਹੁਣ ਮੈਂ ਰੱਖਣਾ ਸਟਾਰਟ ਕਰਤਾ ਹੈ ਕਿਉਂਕਿ ਕਿਤੇ ਵੀ ਲੋੜ ਪੈ ਸਕਦੀ ਆ, ਕਦੀ ਵੀ ਜ਼ਰੂਰਤ ਹੁੰਦੀ ਆ। ਇਟਸ ਇੰਪੋਰਟੈਂਟ ਕਿ ਤੁਸੀਂ ਆਪਣਾ ਚਾਰਜਰ ਆਪਣੇ ਨਾਲ ਕੈਰੀ ਕਰੋ ਕਿਉਂਕਿ ਕਈ ਵਾਰੀ ਮੇਰੇ ਨਾਲ ਇੱਦਾਂ ਹੋਇਆ ਆ ਕਿ ਮੈਂ ਚਾਰਜਰ ਨਹੀਂ ਲੈ ਕੇ ਜਾਂਦੀ ਹੁੰਦੀ ਸੀ ਤਾਂ, ਬਟ ਮੈਨੂੰ ਕਈ ਵਾਰੀ ਲੋੜ ਪੈਂਦੀ ਸੀਗੀ ਫਿਰ ਪ੍ਰੋਬਲਮ ਹੁੰਦੀ ਸੀ, ਬਟ ਹੁਣ ਮੈਂ ਆਪਣੇ ਕੋਲ ਆਪਣਾ ਚਾਰਜਰ ਰੱਖਦੀ ਹਾਂ ਹਮੇਸ਼ਾ। ਸੋ ਨੈਕਸਟ ਇਜ਼ ਏਅਰਫੋਨਸ। ਸੋ ਇਹ ਏਅਰਫੋਨਸ ਵੀ ਮੈਂ ਹਮੇਸ਼ਾ ਤੋਂ ਹੀ ਆਪਣੇ ਨਾਲ ਰੱਖਦੀ ਹਾਂ, ਮਤਲਬ ਜਦੋਂ ਤੋਂ ਮੇਰੇ ਨਾਲ ਫੋਨ ਆ ਮੇਰਾ ਉਦੋਂ ਤੋਂ ਏਅਰਫੋਨ ਵੀ ਮੇਰੇ ਨਾਲ ਹੀ ਨੇ। ਇਹਨਾਂ ਨਾਲ ਤਾਂ ਮੈਨੂੰ ਬਹੁਤ ਪਿਆਰ ਆ, ਬਹੁਤ ਜ਼ਿਆਦਾ, ਮਤਲਬ ਮੈਂ ਇਹਨਾਂ ਬਿਨਾਂ ਸਰਵਾਈਵ ਨਹੀਂ ਕਰ ਸਕਦੀ। ਇਟਸ ਵੈਰੀ ਇੰਪੋਰਟੈਂਟ ਫੋਰ ਮੀ, ਮਤਲਬ ਮੈਨੂੰ ਬਹੁਤ ਵਧੀਆ ਲੱਗਦਾ ਕੰਨਾਂ 'ਚ ਲੀਡਾਂ ਲਾ ਕੇ, ਮੰਮੀ ਮੈਨੂੰ ਬੋਲਦੇ ਹੁੰਦੇ ਬਸ ਕੰਨਾਂ 'ਚ ਹੀ ਲੀਡਾਂ ਲਾਈ ਰੱਖਿਆ ਕਰ। ਸੋ ਯਾ ਇਹੀ ਮੈਨੂੰ ਇਹ ਮੇਰੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਆ, ਪਤਾ ਨਹੀਂ ਕਿਉਂ ਮੈਨੂੰ ਬਾਹਲੇ ਪਿਆਰ ਆ ਏਅਰਫੋਨਸ ਨਾਲ। ਇਹ ਮੇਰੇ ਖਰਾਬ ਵੀ ਹੋ ਜਾਣ ਮੈਨੂੰ ਚੈਨ ਨਹੀਂ ਆਉਂਦਾ, ਮੈਂ ਫਟਾਫਟ ਜਾ ਕੇ ਨਿਊ ਲੈ ਕੇ ਆਉਂਦੀ ਹਾਂ। ਸੋ ਨੈਕਸਟ ਮੇਰੇ ਕੋਲ ਆ ਇਹ, ਮੇਰੇ ਬੈਗ 'ਚ ਹਮੇਸ਼ਾ ਪਈ ਰਹਿੰਦੀ ਆ ਇਹ ਸਨਸਕ੍ਰੀਨ, ਬਾਇਓਡਰਮਾ ਦੀ ਇਹ ਸਨਸਕ੍ਰੀਨ ਆ। ਇਹ ਮੈਂ ਥੋੜ੍ਹੇ ਟਾਈਮ ਪਹਿਲਾਂ ਹੀ ਯੂਜ਼ ਕਰਨ ਲੱਗੀ ਹਾਂ, ਆਈ ਗੈਸ 2 ਮੰਥਸ ਹੋ ਗਏ ਮੈਨੂੰ, ਮੈਂ ਰੈਗੂਲਰ ਇਹਨੂੰ ਯੂਜ਼ ਕਰ ਰਹੀ ਹਾਂ।
या 2 months ਤਾਂ ਹੋ ਹੀ ਗਏ ਆ ਜਿੱਥੋਂ ਤੱਕ ਮੈਨੂੰ ਯਾਦ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਆ ਮੈਂ ਆਪਣੇ ਫੇਸ ਤੇ ਜਿਵੇਂ ਫੇਸ ਵਾਸ਼ ਕਰਕੇ ਆਪਾਂ ਮੋਇਸਚਰਾਈਜ਼ਰ ਵਗੈਰਾ ਲਾ ਕੇ ਫਿਰ ਮੈਂ ਕੋਈ ਕਰੀਮ ਹੋਰ ਕੋਈ ਕਰੀਮ ਨਹੀਂ ਲਾਉਂਦੀ ਜਿੱਦਾਂ ਪਹਿਲਾਂ ਮੈਂ ਲੈਕਮੇ 9 to 5 ਜਾਂ ਫਿਰ ਪੌਂਡਸ 9 to 5 ਜੋ ਆਪਾਂ ਐਵੇਂ ਡੇ ਕਰੀਮ ਲਾ ਲੈਂਦੇ ਹਾਂ ਬਟ ਮੈਂ ਉਹ ਨਹੀਂ ਹੁਣ ਅਪਲਾਈ ਕਰਦੀ ਹੁਣ ਮੈਂ ਸਿਰਫ ਸਨਸਕ੍ਰੀਨ ਅਪਲਾਈ ਕਰਦੀ ਹਾਂ ਬਿਕੋਜ਼ ਇੱਕ ਤਾਂ ਇਹਦੇ ਵਿੱਚ ਟਿੰਟ ਆ ਤਾਂ ਮੈਨੂੰ ਹੋਰ ਕੋਈ ਕਰੀਮ ਅਪਲਾਈ ਕਰਨ ਦੀ ਲੋੜ ਨਹੀਂ ਪੈਂਦੀ ਤੇ ਉੱਪਰੋਂ ਸਨਸਕ੍ਰੀਨ ਇਜ਼ ਗੁੱਡ ਫੋਰ ਸਕਿਨ ਤਾਂ ਇਸ ਕਰਕੇ ਮੈਂ ਸਨਸਕ੍ਰੀਨ ਹਮੇਸ਼ਾ ਆਪਣੇ ਕੋਲ ਰੱਖਦੀ ਹਾਂ ਮੇਰੇ ਬੈਗ 'ਚ ਰਹਿੰਦੀ ਆ ਇਹ ਕਿਉਂਕਿ ਇਹਦੀ ਕਦੀ ਵੀ ਲੋੜ ਪੈ ਸਕਦੀ ਹੈ ਕਦੀ ਵੀ ਲੋੜ ਇਨ ਦਾ ਸੈਂਸ ਕਿ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਇਹਨੂੰ ਅਪਲਾਈ ਕਰਦੇ ਰਹਿਣਾ ਚਾਹੀਦਾ ਲਾਈਕ 4-5 ਘੰਟੇ ਬਾਅਦ ਜਾਂ ਫਿਰ ਆਪਾਂ ਕਿਤੇ ਗਏ ਹਾਂ ਆਪਾਂ ਫੇਸ ਵਾਸ਼ ਕੀਤਾ ਅਤੇ ਉਸ ਤੋਂ ਬਾਅਦ ਮੋਇਸਚਰਾਈਜ਼ਰ ਲਾ ਕੇ ਫਿਰ ਸਨਸਕ੍ਰੀਨ ਅਪਲਾਈ ਕਰ ਲੈਣੀ ਚਾਹੀਦੀ ਹੈ ਸੋ ਇਹ ਮੇਰੇ ਬੈਗ 'ਚ ਰਹਿੰਦੀ ਹੀ ਆ ਨੈਕਸਟ ਇਜ਼ ਸਨਸਕ੍ਰੀਨ ਤੋਂ ਬਾਅਦ ਮੈਂ ਹੋਰ ਕੁਛ ਨਹੀਂ ਸਿਰਫ ਕੰਪੈਕਟ ਲਾਉਂਦੀ ਹਾਂ ਮਤਲਬ ਕੰਪੈਕਟ ਤੋਂ ਬਾਅਦ ਮੈਂ ਹੋਰ ਕੁਛ ਵੀ ਲਾਉਂਦੀ ਹਾਂ ਮੈਂ ਹੁਣ ਦੱਸੂੰਗੀ ਯਾਰ ਕਰ ਨਾ ਨਾ ਕਰਦੇ ਕਰਦੇ ਥੋੜ੍ਹਾ ਬਹੁਤ ਲੱਗ ਹੀ ਜਾਂਦਾ ਬਿਕੋਜ਼ ਕੁੜੀਆਂ ਆ ਹੁਣ ਕੁੜੀਆਂ ਨੇ ਲਾਉਣਾ ਹੈ ਮੇਕਅਪ ਅਤੇ ਯਾਰ ਇਹ ਕੰਪੈਕਟ ਨਾਇਕਾ ਦਾ ਆ ਮੇਰੇ ਕੋਲ ਇਹ ਮੈਂ ਆਪਣੀ ਮੇਕਅਪ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਮੈਂ ਇਹੀ ਕੰਪੈਕਟ ਯੂਜ਼ ਕਰਦੀ ਹਾਂ ਸੋ ਇਹ ਮੈਂ ਆਪਣੇ ਬੈਗ 'ਚ ਰੱਖਦੀ ਹਾਂ ਥੋੜ੍ਹੇ ਟਾਈਮ ਬਾਅਦ ਥੋੜ੍ਹਾ ਟੱਚ ਅਪ ਲਈ ਹੋਣਾ ਚਾਹੀਦਾ ਹੈ ਲੋੜ ਪੈ ਜਾਂਦੀ ਹੈ ਯਾਰ ਕਦੀ ਕਦੀ ਸੋ ਨੈਕਸਟ ਮੇਕਅਪ ਤੋਂ ਹੀ ਰਿਲੇਟਡ ਇਟਸ ਬਲੱਸ਼ਰ ਇਹ ਵੀ ਨਾਇਕਾ ਦਾ ਆ ਇਹ ਵੀ ਮੇਰੇ ਪਰਸ 'ਚ ਰਹਿੰਦਾ ਹੀ ਆ ਬਿਕੋਜ਼ ਕੰਪੈਕਟ ਲਾਓਗੇ ਉਸ ਤੋਂ ਬਾਅਦ ਥੋੜ੍ਹਾ ਚਿਕਸ ਯੂ ਨੋ ਮੈਨੂੰ ਬਲੱਸ਼ਰ ਬਹੁਤ ਪਸੰਦ ਆ ਲਾਉਣਾ ਅਤੇ ਬਲੱਸ਼ਰ ਵੀ ਮੇਰੇ ਬੈਗ 'ਚ ਹਮੇਸ਼ਾ ਰਹਿੰਦਾ ਹੀ ਆ ਸੋ ਨੈਕਸਟ ਇਜ਼ ਦਿਸ ਇਹ ਵੀ ਮੇਕਅਪ ਤੋਂ ਰਿਲੇਟਡ ਹੀ ਆ ਲਿਪਸਟਿਕ ਇਹ ਮੇਰਾ ਫੇਵਰੇਟ ਸ਼ੇਡ ਆ ਮਤਲਬ ਇਹ ਸਵਿਸ ਬਿਊਟੀ ਦੀ ਲਿਪਸਟਿਕ ਆ ਐਂਡ ਇਹਨੂੰ ਮੈਂ ਇੰਨਾ ਯੂਜ਼ ਕਰਦੀ ਹਾਂ ਮਤਲਬ ਮੈਂ ਐਵਰੀ ਡੇ ਇਹਨੂੰ ਹੀ ਯੂਜ਼ ਕਰ ਰਹੀ ਹਾਂ ਐਂਡ ਜਿੱਦਾਂ ਹੀ ਖਤਮ ਹੋਊਗੀ ਮੈਂ ਫਿਰ ਇੱਕ ਹੋਰ ਲਿਆਉਣੀ ਆ ਐਂਡ ਜਦੋਂ ਮੈਂ ਮੇਕਅਪ ਦੀ ਵੀਡੀਓ ਬਣਾਈ ਸੀਗੀ ਉਦੋਂ ਵੀ ਮੈਨੂੰ ਤੁਸੀਂ ਸਾਰਿਆਂ ਨੇ ਪੁੱਛਿਆ ਸੀਗਾ ਕਿ ਇਹ ਕਿਹੜਾ ਸ਼ੇਡ ਆ ਸੋ ਪਤਾ ਨਹੀਂ ਮੈਂ ਉਹਦੇ ਵਿੱਚ ਦੱਸਿਆ ਸੀਗਾ ਕਿ ਨਹੀਂ ਬਟ ਮੈਂ ਹੁਣ ਦੱਸ ਦਿੰਦੀ ਹਾਂ ਇਹ ਆ 214 ਕੈਰਮਲ ਸ਼ੇਡ ਆ ਇਹ ਸਵਿਸ ਬਿਊਟੀ ਸੋ ਇਹ ਸ਼ੇਡ ਬਹੁਤ ਪਿਆਰਾ ਆ ਬਹੁਤ ਹੀ ਜ਼ਿਆਦਾ ਪਸੰਦ ਆ ਮੈਨੂੰ ਐਂਡ ਮੈਂ ਤਾਂ ਜਦੋਂ ਤੱਕ ਇਹ ਮੁੱਕਦੀ ਨਹੀਂ ਮੈਂ ਇਹੀ ਲਾਉਣੀ ਆ ਉਸ ਤੋਂ ਬਾਅਦ ਵੀ ਇਹੀ ਲੈ ਕੇ ਆਉਣੀ ਆ ਇਹੀ ਲਾਉਣੀ ਆ ਮੈਨੂੰ ਬਹੁਤ ਪਸੰਦ ਆ ਔਰ ਮੇਰੀ ਨਾ ਹਮੇਸ਼ਾ ਤੋਂ ਇੱਕ ਆਦਤ ਆ ਕਿ ਮੈਨੂੰ ਜਿਹੜੀ ਚੀਜ਼ ਪਸੰਦ ਆ ਜਾਂਦੀ ਹੈ ਇੱਕ ਵਾਰੀ ਫਿਰ ਮੈਂ ਉਹਦਾ ਖਹਿੜਾ ਨਹੀਂ ਛੱਡਦੀ ਮਤਲਬ ਕਿਸੇ ਵੀ ਚੀਜ਼ ਨੂੰ ਲੈ ਕੇ ਪਤਾ ਨਹੀਂ ਇਹ ਮੇਰਾ ਨੇਚਰ ਹੈ ਕਿ ਅਗਰ ਮੈਨੂੰ ਕੋਈ ਚੀਜ਼ ਪਸੰਦ ਆ ਗਈ ਖਾਣ ਵਾਲੀ ਮੇਕਅਪ ਤੋਂ ਰਿਲੇਟਡ ਕੱਪੜਿਆਂ ਤੋਂ ਰਿਲੇਟਡ ਆਪਣੇ ਬਾਲਾਂ ਤੋਂ ਰਿਲੇਟਡ ਕਿ ਕੋਈ ਪ੍ਰੋਡਕਟ ਪਸੰਦ ਆ ਗਿਆ ਜੋ ਮੈਨੂੰ ਵਧੀਆ ਲੱਗਿਆ ਫਿਰ ਤਾਂ ਬਸ ਫਿਰ ਮੈਨੂੰ ਉਹੀ ਪ੍ਰੋਡਕਟ ਉਹੀ ਚੀਜ਼ ਉਹੀ ਕੱਪੜੇ ਜੇ ਕੱਪੜਾ ਕੋਈ ਪਸੰਦ ਆ ਗਿਆ ਨਾ ਮੈਨੂੰ ਬਹੁਤ ਜ਼ਿਆਦਾ ਫਿਰ ਜਦੋਂ ਤੱਕ ਉਸ ਕੱਪੜੇ ਦੀ ਹਾਲਤ ਨਾ ਖਰਾਬ ਹੋ ਜੇ ਮੈਂ ਉਹਦਾ ਖਹਿੜਾ ਨਹੀਂ ਛੱਡਦੀ ਹੁੰਦੀ ਮੈਨੂੰ ਮਤਲਬ ਇੱਦਾਂ ਹੋ ਜਾਂਦਾ ਫਿਰ ਕਿ ਹਾਂ ਇਹੀ 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 ਪਤਾ ਨਹੀਂ ਮੈਂ ਅੱਕਦੀ ਨਹੀਂ ਹਾਂ ਫਿਰ ਮੈਨੂੰ ਮਤਲਬ ਇੱਦਾਂ ਹੁੰਦਾ ਕਿ ਮੈਂ ਆਹੀ ਯੂਜ਼ ਕਰੀ ਜਾਵਾਂ ਆਹੀ ਯੂਜ਼ ਕਰੀ ਜਾਵਾਂ ਆਈ ਹੋਪ ਜਿਹੜੇ ਮੇਰੇ ਵਰਗੇ ਨੇ ਉਹ ਮੇਰੀ ਗੱਲ ਨਾਲ ਕਨੈਕਟ ਕਰ ਰਹੇ ਹੋਣਗੇ ਬਾਕੀ ਆਪਾਂ ਨੈਕਸਟ ਦੇਖਦੇ ਹਾਂ ਇਹਦੇ ਵਿੱਚ ਕੀ ਆ ਨੈਕਸਟ ਇਹਦੇ ਵਿੱਚ ਮੈਡੀਸਿਨ ਪਈ ਆ ਮੇਰੇ ਬੈਗ 'ਚ ਮੈਡੀਸਿਨ ਪਈ ਰਹਿੰਦੀ ਆ ਮੋਸਟਲੀ ਬਹੁਤ ਰੇਅਰ ਹੁੰਦਾ ਹੈ ਜਦੋਂ ਮੁੱਕ ਜਾਵੇ ਜਾਂ ਫਿਰ ਬਾਈ ਚਾਂਸ ਮੈਂ ਕੱਢ ਕੇ ਰੱਖਦੀ ਹੋਵੇ ਬੈਗ ਚੇਂਜ ਕਰ ਦੇਵਾਂ ਬਟ ਮੋਸਟਲੀ ਮੇਰੇ ਕੋਲ ਹੁੰਦੀ ਆ ਕਿਉਂਕਿ ਕਦੀ ਵੀ ਯਾਰ ਲੋੜ ਪੈ ਜਾਂਦੀ ਹੈ ਖੁਦ ਨੂੰ ਲੋੜ ਪੈ ਜਾਂਦੀ ਹੈ ਕੁਛ ਸਿਰ ਦੁੱਖਣ ਲੱਗ ਜੇ ਹੈ ਨਾ ਅਤੇ ਜਾਂ ਫਿਰ ਕਿਸੇ ਹੋਰ ਨੂੰ ਲੋੜ ਪੈ ਜਾਂਦੀ ਹੈ ਫਰੈਂਡਸ ਨੂੰ ਜਾਂ ਕਿਸੇ ਨੂੰ ਸੋ ਹੋਣੀ ਚਾਹੀਦੀ ਆ ਐਂਡ ਨੈਕਸਟ ਮੇਰੇ ਲੰਬੇ ਲੰਬੇ ਵਾਲਾਂ ਲਈ ਇੱਕ ਰਬੜ ਬੈਂਡ ਜੋ ਮੇਰੇ ਬੈਗ 'ਚ ਹਮੇਸ਼ਾ ਹੀ ਰਹਿੰਦਾ ਆ ਮਤਲਬ ਇਹ ਕਿਉਂਕਿ ਮੈਨੂੰ ਆਦਤ ਨਹੀਂ ਹੈ ਵਾਲ ਖੋਲ੍ਹ ਕੇ ਰੱਖਣ ਦੀ ਮੈਨੂੰ ਬਿਲਕੁਲ ਪਸੰਦ ਨਹੀਂ ਹੈ ਮਤਲਬ ਹਾਂ ਸਮਟਾਈਮਸ ਮੈਂ ਖੋਲ੍ਹ ਲੈਂਦੀ ਹਾਂ ਬਟ ਮੈਨੂੰ ਫਿਰ ਇੱਦਾਂ ਹੁੰਦਾ ਫਟਾਫਟ ਬੰਨ ਕੇ ਜਾਂ ਤਾਂ ਮੈਂ ਬੰਨ ਬਣਾ ਲਵਾਂ ਜਾਂ ਮੈਂ ਪੋਨੀਟੇਲ ਕਰ ਲਵਾਂ ਬਿਕੋਜ਼ ਮੈਨੂੰ ਆਪਣੇ ਵਾਲ ਖੋਲ੍ਹ ਕੇ ਚੈਨ ਨਹੀਂ ਆਉਂਦਾ ਇੱਕ ਤਾਂ ਯਾਰ ਇੰਨੇ ਲੰਬੇ ਵਾਲ ਨਾ ਈਜ਼ੀ ਨਹੀਂ ਹੁੰਦੇ ਕੈਰੀ ਕਰਨੇ ਅਤੇ ਉੱਪਰੋਂ ਮੇਰੇ ਲੰਬੇ ਵੀ ਆ ਉੱਪਰੋਂ ਹੈਵੀ ਵੀ ਆ ਅਤੇ ਪ੍ਰੋਬਲਮ ਹੁੰਦੀ ਆ ਵੈਸੇ ਤਾਂ ਮੈਂ ਬੰਨ ਵੀ ਕਰਾਂ ਤਾਂ ਵੀ ਮੇਰੇ ਇੱਥੇ ਪੇਨ ਹੁੰਦਾ ਰਹਿੰਦਾ ਆ ਅਗਰ ਮੈਂ ਪੋਨੀਟੇਲ ਵੀ ਕਰਾਂ ਤਾਂ ਵੀ ਪੇਨ ਹੁੰਦਾ ਹੈ ਬਿਕੋਜ਼ ਮੇਰੇ ਵਾਲ ਲੌਂਗ ਦੇ ਨਾਲ ਨਾਲ ਹੈਵੀ ਵੀ ਆ ਤਾਂ ਕਰਕੇ ਥੋੜ੍ਹੀ ਪ੍ਰੋਬਲਮ ਹੁੰਦੀ ਆ ਅਤੇ ਮੈਂ ਖੋਲ੍ਹ ਕੇ ਵੀ ਨਹੀਂ ਰੱਖ ਪਾਉਂਦੀ ਬਟ ਆਹ ਤਾਂ ਮੇਰੇ ਬੈਗ 'ਚ ਹਮੇਸ਼ਾ ਹੋਊਗਾ ਹੀ ਹੋਊਗਾ ਹਰ ਬੈਗ 'ਚ ਹੀ ਪਿਆ ਹੁੰਦਾ ਇਹ ਤਾਂ ਸੋ ਇੱਥੇ ਇਹਦੇ ਵਿੱਚ ਹੋਰ ਮੈਡੀਸਿਨ ਆ ਇੱਥੇ ਹੁੰਦਾ ਸਾਡਾ ਬੈਗ ਖਤਮ ਇਹਦੇ ਵਿੱਚ ਹੋਰ ਕੁਛ ਨਹੀਂ ਹੈਗਾ ਇਹੀ ਇੰਪੋਰਟੈਂਟ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਆ ਜੋ ਕਿ ਮੇਰੇ ਬੈਗ 'ਚ ਇਹ ਸਾਰਾ ਕੁਛ ਤਾਂ ਹੁੰਦਾ ਹੀ ਹੁੰਦਾ ਆ
मतलब ये नहीं निकलना। बाकी अगर बैग चेंज कर दिया तो एक अद्धी चीज़ इधर उधर हो जाती है, बट या एंड होर भी अगर कित होर जाना है या फिर किसी जरूरत के हिसाब ना चीज़ा होर ऐड हो जाती है। सो यही सब होंगे है बैग च, होर कुछ तो नहीं है जो मैं मिस करता हो। तो आई होप थोनों ये वीडियो वधिया लगी होगी। अगर वधिया लगी है तो लाइक शेयर कॉमेंट जरूर करो एंड मेरे चैनल में सबसक्राइब कर लो। तो आई होप तुसी 90 डेज 90 व्लॉग नो इंजॉय करोगे एंड हले तक भी इंजॉय कर रहे हो। तो अपने सजेशंस मैं कमेंट्स देंदे रहा करो, बिकॉज तुसी सारे ने ही देखनी है वीडियो। सो मैं थोड़े सजेशंस पढ़ के ही उस अकॉर्डिंग ही वीडियोज़ बनाऊंगी, बिकॉज तुसी देखनी है, तुसी इंजॉय करना है, तो तुहाडे फायदे लिए तुहाडे एंटरटेनमेंट लिए होनी चाहिए। सो जिद्दां दी तुसी चाहुंदे हो मैं उदां दा ही कुछ ना कुछ लैके आउंदी रहूंगी एंड अपने सजेशंस दिंदे रहा करो। मैं एक एक सजेशन जो भी तुसी मैनूं आइडिया दिंदे हो या कोई भी वीडियो दा टॉपिक दिंदे हो टॉपिक दिंदे हो मैं जरूर लिख लैनी हाँ एंड फिर मैं ट्राई करती हूँ कि जिन्नी जल्दी हो सके वो वीडियो बना के मैं पोस्ट करा। तो आई होप थानू मेरी वीडियो हेल्पफुल लगी होगी। अगर लगी है हेल्पफुल, हाँ यार हेल्पफुल है, बिकॉज कुछ चीज़ा मैं सीख के ही अपने बैग च रखन लगी हाँ, तो तुम हूँ ही सीख लो, मेरे तो ही सीख लो यार। तुम जरूरी है कि तुम डिसअपॉइंट होना है कि यार मैं नहीं रखे यार मैं नहीं रखे, तुम मेरे हूँ तो ही रखन लग जाओ, बिकॉज ये इंपॉर्टेंट चीज़ा ने। एंड मेकअप में छड़ के बाकी वो तो तुम्हारी मर्जी है, तुम जो ब्लश लाते हो नहीं लाते हो, लिपस्टिक लाते हो नहीं लाते हो या कॉम्पैक्ट यूज करते हो, बट सनस्क्रीन तुम्हें करनी चाहिए है, बिकॉज सनस्क्रीन बहुत ज़्यादा इंपॉर्टेंट होंगी है साड़ी स्किन लिए। एंड बाकी सारिया चीज़ा चार्जर कैश मेडिसिन ये सब चीज़ा रखनी चाहिए, और परफ्यूम तो तुहाडे उत्ते आ डिपेंड कि तुहानू पसंद है कि नहीं, लेकिन मैनू तो बहुत ज़्यादा पसंद है, बहुत ही ज़्यादा, मतलब पहला नहीं हुंदा सीगा लेकिन हुण कुछ टाइम तो मैनू इन्ना क ज़्यादा क्रेज हो गया ना कि बस मेरा दिल है कि मैं तो जी पूरी कलैक्शन बहुत वधिया तरीके ने अपने कोल रखनी है परफ्यूम की। बट हाँ इन्ना भी मैं ओवर नहीं कुछ करती होंगी किसी भी चीज़ में लैके, थोड़ा लिमिट च रखते कि चीज़ उन्नी लो जिन यूज़ हो उस तो बाद फिर होर लवो, एवं वेस्टेज नहीं करनी चाहिए किसी भी चीज़ की। सो या आई होप थोड़ी वीडियो वधिया लगी होगी, अगर वधिया लगी है तो लाइक कर दो शेयर कर दो। मैं दोबारा बोल रही हूँ चलो फिर भी कोई गल नहीं कर दो, तो मिलते हैं फिर नेक्स्ट व्लॉग से, तब तक अपना ध्यान रखो, बाय बाय, टेक केयर।